ਵੀ ਅਗਲੇ ਮਹੀਨੇ ਪਰਿਵਾਰ ਦੇ ਵੱਲੋਂ ਬਰਸੀ ਮਨਾਈ ਜਾਣੀ ਸਿੱਧੂ ਮੂਸੇਵਾਲੇ ਦੀ ਪਹਿਲੀ ਬਰਸੀ ਜੀ। ਇਸ ਬਰਸੀ ਦੇ ਮੱਦੇਨਜ਼ਰ ਹੁਣ ਇੱਕ ਵੱਡੇ ਪੱਧਰ ਦੇ ਉੱਤੇ ਬਲਕੌਰ ਸਿੰਘ ਹੋਰੀ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਰਕਾਰ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ ਜਿਹਦੇ ਕਰਕੇ ਅਸੀਂ ਬਹੁਤ ਮਾਯੂਸ ਹਾਂ। ਪੰਜਾਬ ਦੀ ਸਰਕਾਰ ਇੱਕ ਪਾਸੇ ਗੱਲ ਕਹਿੰਦੀ ਵੀ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ, ਜੇਕਰ ਇਹ ਕੰਟਰੋਲ ਦੇ ਵਿੱਚ ਹੈ ਤਾਂ ਭਗਵੰਤ ਮਾਨ ਦੀ ਘਰਵਾਲੀ ਦੇ ਕੋਲੇ 15 ਗੰਨਮੈਨ ਸੀ, ਫਿਰ ਵਧਾ ਕੇ 40 ਕਿਹੜੀ ਗੱਲੋਂ ਕਰ ਦਿੱਤੇ ਗਏ ਜਦੋਂ ਅਮਨ ਕਾਨੂੰਨ ਦਾ ਖਤਰਾ ਹੀ ਕੋਈ ਨੀਗਾ, ਸਾਰਾ ਕੁਝ ਠੀਕ ਹੈਗਾ। ਵੀ ਬਰਸੀ ਦੇ ਮੌਕੇ ਅਸੀਂ ਸਿੱਧੂ ਮੂਸੇਵਾਲੇ ਦੀ ਉਹ ਥਾਰ ਜਿਹਦੇ ਵਿੱਚ ਉਹਦੇ ਗੋਲੀਆਂ ਮਾਰੀਆਂ ਸੀ ਉਹਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਘੁਮਾਵਾਂਗੇ। ਵੀ ਅਗਲੇ ਮਹੀਨੇ ਪਰਿਵਾਰ ਦੇ ਵੱਲੋਂ ਬਰਸੀ ਮਨਾਈ ਜਾਣੀ ਸਿੱਧੂ ਮੂਸੇਵਾਲੇ ਦੀ ਪਹਿਲੀ ਬਰਸੀ ਜੀ। ਇਸ ਬਰਸੀ ਦੇ ਮੱਦੇਨਜ਼ਰ ਹੁਣ ਇੱਕ ਵੱਡੇ ਪੱਧਰ ਦੇ ਉੱਤੇ ਬਲਕੌਰ ਸਿੰਘ ਹੋਰੀ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਰਕਾਰ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ ਜਿਹਦੇ ਕਰਕੇ ਅਸੀਂ ਬਹੁਤ ਮਾਯੂਸ ਹਾਂ। ਪੰਜਾਬ ਦੀ ਸਰਕਾਰ ਇੱਕ ਪਾਸੇ ਗੱਲ ਕਹਿੰਦੀ ਵੀ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ, ਜੇਕਰ ਇਹ ਕੰਟਰੋਲ ਦੇ ਵਿੱਚ ਹੈ ਤਾਂ ਭਗਵੰਤ ਮਾਨ ਦੀ ਘਰਵਾਲੀ ਦੇ ਕੋਲੇ 15 ਗੰਨਮੈਨ ਸੀ, ਫਿਰ ਵਧਾ ਕੇ 40 ਕਿਹੜੀ ਗੱਲੋਂ ਕਰ ਦਿੱਤੇ ਗਏ ਜਦੋਂ ਅਮਨ ਕਾਨੂੰਨ ਦਾ ਖਤਰਾ ਹੀ ਕੋਈ ਨੀਗਾ, ਸਾਰਾ ਕੁਝ ਠੀਕ ਹੈਗਾ, ਤਾਂ ਫਿਰ ਭਗਵੰਤ ਮਾਨ ਦੀ ਘਰਵਾਲੀ ਨੂੰ ਇੰਨੇ ਗੰਨਮੈਨ ਦੇਣ ਦੀ ਕੀ ਲੋੜ ਆ। ਉਸ ਤੋਂ ਬੜੀ ਗੱਲ ਉਹਨਾਂ ਨੇ ਕਹੀ ਆ ਵੀ ਬਰਸੀ ਦੇ ਮੌਕੇ ਅਸੀਂ ਸਿੱਧੂ ਮੂਸੇਵਾਲੇ ਦੀ ਉਹ ਥਾਰ ਜਿਹਦੇ ਵਿੱਚ ਉਹਦੇ ਗੋਲੀਆਂ ਮਾਰੀਆਂ ਸੀ ਉਹਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਘੁਮਾਵਾਂਗੇ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਪੰਜਾਬ ਦੇ ਵਿੱਚ ਲੋਕਾਂ ਨੂੰ ਚੇਤੇ ਕਰਾਵਾਂਗੇ ਵੀ ਭਾਈ ਤੁਹਾਡਾ ਇੱਕ ਪੁੱਤ, ਤੁਹਾਡਾ ਭਰਾ, ਤੁਹਾਡਾ ਬੱਚਾ ਇਸ ਤਰੀਕੇ ਦੇ ਨਾਲ ਇਸ ਸਰਕਾਰ ਦੀਆਂ ਨਲਾਇਕੀਆਂ ਦੇ ਕਰਕੇ ਮਾਰ ਦਿੱਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵੀ ਜਿਹੜੀ ਥਾਰ ਗੱਡੀ ਕਾਲੇ ਰੰਗ ਦੀ ਜਿਹੜੀ ਕਿ ਜਵਾਹਰ ਕੇ ਪਿੰਡ ਦੇ ਵੱਲ ਸੀ ਤੇ ਜਦੋਂ ਉਹ ਜਾ ਰਿਹਾ ਸੀਗਾ ਤੇ ਸਿੱਧੂ ਦੇ ਗੋਲੀਆਂ ਮਾਰੀਆਂ ਸੀ, ਉਹ ਗੋਲੀਆਂ ਨਾਲ ਛਲਣੀ ਹੋਈ ਜਿਹੜੀ ਥਾਰ ਆ ਉਹਦੇ ਸ਼ੀਸ਼ੇ ਜਿਹੜੇ ਉਹ ਕਹਿੰਦੇ ਵੀ ਉਵੇਂ ਦੇ ਉਵੇਂ ਅਸੀਂ ਹਵੇਲੀ ਦੇ ਵਿੱਚ ਲਿਆ ਕੇ ਖੜੀ ਕਰ ਲਈ ਸੀ, ਉਹਦੇ ਉੱਤੇ ਕਲਮਾ ਰੱਖ ਕੇ ਅਸੀਂ ਸਿੱਧੂ ਮੂਸੇਵਾਲੇ ਦੇ ਇਨਸਾਫ਼ ਦੇ ਲਈ ਅਰਜ਼ ਕਰਾਂਗੇ। ਉਹਨਾਂ ਨੇ ਕਿਹਾ ਵੀ ਸਾਡੇ ਸਾਨੂੰ ਸਰਕਾਰ ਤੋਂ ਆਸ ਤਾਂ ਕੋਈ ਨੀ ਗੀ, ਪਰ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ, ਲੋਕਾਂ ਨੂੰ ਕਾਫਲੇ ਦੇ ਵਿੱਚ ਨਾਲ ਤੋਰਨਾ। ਤੇ ਨਾਲ ਹੀ ਸਿੱਧੂ ਦੇ ਪਿਤਾ ਨੇ ਗੱਲ ਕਹੀ ਹੈ ਵੀ ਅਗਲੇ ਮਹੀਨੇ ਬਰਸੀ ਦੇ ਵਿੱਚ ਸਾਰੇ ਪ੍ਰਸ਼ੰਸਕ ਆ ਜਿਹੜੇ ਸਿੱਧੂ ਦੇ ਉਹ ਹੁਮ ਹੁਮਾ ਕੇ ਪਹੁੰਚਣਗੇ, ਵੱਧ ਤੋਂ ਵੱਧ ਪਹੁੰਚਣਗੇ।